ਅੱਜ ਅਸੀਂ ਰੀਡਿੰਗ ਨੂੰ ਸੋਲਵ ਕਰਨ ਜਾ ਰਹੇ ਹਾਂ ਬੈਕਲਾਈਟ ਦੀ ਬੁੱਕ 5 ਟੈਸਟ 2 ਰੀਡਿੰਗ ਹੈ ਬੈਕਲਾਈਟ ਕਿੱਦਾਂ ਅਸੀਂ ਇਸ ਨੂੰ ਸੋਲਵ ਕਰਾਂਗੇ ਕੀ ਹੈ ਜੀ ਤਰੀਕਾ ਇਸ ਨੂੰ ਸੋਲਵ ਕਰਨ ਦਾ ਚਲੋ ਰੀਡਿੰਗ ਵਿੱਚ ਅਸੀਂ ਬੈਂਡ ਲੈਣੇ ਐ ਅਟਰੈਕਟਿਵ ਬੈਂਡ ਲੈਣੇ ਕਿੱਦਾਂ ਲੈ ਸਕਦੇ ਆ ਸਭ ਤੋਂ ਪਹਿਲਾਂ ਅਸੀਂ ਕੀ ਕਰਾਂਗੇ ਕੁਐਸਚਨਸ ਨੂੰ ਰੀਡ ਆਊਟ ਕਰਾਂਗੇ ਪਹਿਲਾਂ ਤਾਂ ਧਿਆਨ ਰੱਖਿਆ ਜਾਵੇ ਕਿ ਇਨਸਟ੍ਰਕਸ਼ਨਸ ਜੋ ਦਿੱਤੀਆਂ ਹੋਈਆਂ ਉਹਨਾਂ ਤੇ ਧਿਆਨ ਆ ਪੜਿਆ ਜਾਵੇ ਚੂਸ ਵਨ ਵਰਡ ਓਨਲੀ ਵਨ ਵਰਡ ਓਨਲੀ ਜਾਨੀ ਕਿ ਸਾਡੇ ਕੋਲ ਥ੍ਰੀ ਕੁਐਸਚਨਸ ਹੈ ਥ੍ਰੀ ਕੁਐਸਚਨਸ ਵਿੱਚ ਇੱਕ ਇੱਕ ਵਰਡ ਦਾ ਇੱਕ ਇੱਕ ਸ਼ਬਦ ਦਾ ਆਨਸਰ ਆਉਣਾ ਚਾਹੀਦਾ ਹੈ ਚਲੋ ਠੀਕ ਹੈ ਰੀਡ ਕਰਦੇ ਹਾਂ ਸਭ ਤੋਂ ਪਹਿਲਾਂ ਅਸੀਂ ਕੁਐਸਚਨ ਪੜਾਂਗੇ ਮਤਲਬ ਹਰ ਕਿਸੇ ਦਾ ਆਪਣਾ ਆਪਣਾ ਤਰੀਕਾ ਹੁੰਦਾ ਰੀਡਿੰਗ ਨੂੰ ਸੋਲਵ ਕਰਨ ਦਾ ਅਸੀਂ ਇਸ ਤਰ੍ਹਾਂ ਪੜਾਂਗੇ ਕਿ ਸਮ ਪਲਾਸਟਿਕਸ ਬਿਹੇਵ ਇਨ ਅ ਸਿਮਿਲਰ ਵੇ ਟੂ ਡੈਸ਼ ਇਨ ਥੈਟ ਦੇ ਮੈਲਟ ਅੰਡਰ ਹੀਟ ਐਂਡ ਕੈਨ ਬੀ ਮੋਲਡਡ ਇਨਟੂ ਨਿਊ ਫਾਰਮਸ ਸਮ ਪਲਾਸਟਿਕਸ ਬਿਹੇਵ ਇਨ ਅ ਸਿਮਿਲਰ ਵੇ that they melt under heat and can be molded into new forms now passage vich assi dekhange ki oh answer sanu kithe milda hai in 19 de oh eh sara asi chak kita sanu koi bhi oh word sanu mil nahi raha effectively rose to him matlab nahi mil raha lagta hai chalo aage padte jande ha meaning of word samjhe okay ओके 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 मतलब ਹਲੇ ਤੱਕ ਸਾਨੂੰ ਉਸ ਦਾ ਕਿਤਾਬੀ ਮਿਲਿਆ ਨਹੀਂ ਹੈ ਹੋ ਜਾ ਕੋਈ ਵਰਡ ਮਿਲਿਆ ਨਹੀਂ ਥੋੜਾ ਬਹੁਤ ਵੀ ਮੈਚ ਕਰ ਦੋਵੇ ਕੈਮੀਕਲ ਇੰਜੀਨੀਅਰਡ ਫਰਮ ਦਾ ਕਨਸਿਡਰ ਕੋਲਔਰ ਸਮਾਰਟ ਜਿਹਦੇ ਵਿੱਚ ਵੀ ਸਟਡ ਲਾਈਕ ਕੰਡਵਿਟ دی ਮੈਲਟ ਐਂਡ ਵੈਨ ਹੀਟਡ ਐਂਡ ਓਕੇ ਸਾਨੂੰ ਇੰਨਾ ਕੁ ਮਿਲ ਗਿਆ ਕਿ ਦੇ ਮੈਲਟ ਵੈਨ ਹੀਟਡ ਐਂਡ ਕੈਨ देन बी ਰੀਸ਼ੇਪਡ ਓਕੇ ਸਾਨੂੰ ਇਹ ਸਭ ਮਿਲ ਗਿਆ ਕਿ ਇਹਦੇ ਵਿੱਚ ਜੋ ਕੁਐਸਚਨਸ ਦੇ ਵਿੱਚ ਕੀ ਸੀਗਾ ਕਿ ਇਥੇ ਕੁਝ ਅਨਸਰ ਆਏਗਾ ਇਨ 댓 ਦੇ ਮੈਲਟ ਅੰਡਰ ਹੀਟ ਐਂਡ ਕੈਨ ਬੀ ਮੋਲਡਡ ਇਨਟੂ ਨਿਊ ਫਾਰਮਸ ਮਤਲਬ ਨਿਊ ਫਾਰਮ ਦੇ ਵਿੱਚ ਅਸੀਂ ਮੋਲਡ ਕਰਨਾ ਆ ਤੇ ਉਹ ਕੁਐਸਚਨ ਕੀ ਆ ਬਿਲਕੁਲ ਕਈ ਵਾਰੀ ਸਾਨੂੰ ਕਮਾ ਕਮਾ ਤੋਂ ਪਹਿਲਾਂ ਕੁਝ ਪ੍ਰੈਪੋਜੀਸ਼ਨਸ ਤੇ ਕੋਲ ਅਨਸਰ ਮਿਲ ਜਾਂਦਾ ਆ ਜਿਵੇਂ ਇਥੇ ਕੀ ਆ ਲਾਈਕ ਕੈਂਡਲ ਵੈਕਸ ਕੈਨ ਵਿਚ ਮੀਨਸ ਥੈਟ ਲਾਈਕ ਕੈਂਡਲ ਵੈਕਸ ਕੈਂਡਲ ਵੈਕਸ ਜਸਟ ਬਹੁਤੇ ਆਨਸਰ ਹੁੰਦੇ ਜੋ ਸਾਨੂੰ ਕੋ ਮਤ ਪਹਿਲਾਂ ਜਾਂ ਕੋ ਮਤ ਬਾਅਦ ਮਤਲਬ ਇੱਕ ਹਨ ਪੰਜ ਜਾ ਵਰਡ ਹੁੰਦਾ ਇੱਕ ਅਲੱਗ ਹੀ ਵਰਡ ਹੁੰਦਾ ਜਿਹੜਾ ਸਾਨੂੰ ਮਿਲ ਜਾਂਦਾ ਹੈ ਦੇ ਮੈਲਟ ਵੈਨ ਹੀਟਡ ਐਂਡ ਕੈਨ ਦੈਨ ਬੀ ਰੀਸ਼ੇਪਡ ਉਥੇ ਨਿਊ ਫਾਰਮਸ ਸੀਗਾ ਇੱਥੇ ਰੀਸ਼ੇਪਡ ਐ ਸੋ ਸਾਡਾ ਆਨਸਰ ਕੀ ਹੋਏਗਾ ਕੈਂਡਲ ਵੈਕਸ ਦੂਸਰਾ ਵਰਡ ਸੀਗਾ ਅਸੀਂ ਕੁਐਸਚਨ ਵਿੱਚ ਵੇਖਿਆ ਸਿਮਿਲਰ ਇੱਥੇ ਸਾਨੂੰ ਮਿਲ ਗਿਆ ਲਾਈਕ ओके सडन सेकंड क्वेश्चन ਕੀ ਆ ਸੀ सेकंड आंसर ਲੱਭਣਾ ਹੈਗਾ ਆ ਕਹਿੰਦਾ ਬੈਕਲਾਈਟ ਵਾਸ ਯੂਨਿਕ ਕਿਉਂਕਿ ਇਟ ਵਾਸ ਦਾ ਫਰਸਟ ਮਟੀਰੀਅਲ ਫਰਸਟ ਮਟੀਰੀਅਲ ਟੂ ਬੀ ਬੋਥ ਇੰਟਾਇਰਲੀ ਇੰਟਾਇਰਲੀ ਇਨ origin ਐਂਡ ਥਰਮੋਸੈਟਿੰਗ ਇੰਟਾਇਰਲੀ ਫਰਸਟ ਮਟੀਰੀਅਲ ਟੂ ਬੀ ਬੋਥ ਇੰਟਾਇਰਲੀ ਓਕੇ ਕਈ ਵਾਰ ਕੀ ਹੁੰਦਾ ਹੈ ਕਿ ਸਾਨੂੰ ਐਡਵਰਬਸ ਐਡਜੈਕਟਿਵਸ ਇਹਨਾਂ ਦੇ ਕੋਲ ਹੀ ਆਨਸਰਸ ਮਿਲ ਜਾਂਦੇ ਆ ਚਲੋ ਅਸੀਂ ਫਿਰ ਵੀ ਪੜਦੇ ਹੈਗੇ ਆ ਕਹਿੰਦਾ इन टर्म प्लास्टिक कम्स फ्रॉम द ग्रीकर यू नो नहीं नहीं चाहिएदा नहीं चाहिएदा सम प्लास्टिक आर डेराइव्ड फ्रॉम ड्रायव्ड फ्रॉम नेचुरल सोर्सेस अच्छा सम आर सेमी सिंथेटिक द रिजल्ट ऑफ केमिकल एक्शन ऑन अ नेचुरल सब्सटेंस एंड सम आर एंटायरली सिंथेटिका जो सम इक्व वर्ड मिल गए एंटायरली एंटायरली सिंथेटिक क्वेश्चन देख दे एक बार फिर से तो क्वेश्चन विच किया कहता है ये फर्स्ट मटेरियल है टू बी बोथ एंटायरली इन ओरिजिन मतलब पहले तो की है ਉਹਨਾਂ ਦੀ ਪਹਿਲੀ ਹੀ ਸ਼ੇਪ ਕੀ ਆ ਜਨਮ ਤੋਂ ਹੀ ਉਹ ਕੀ ਨੇ ਕਿੱਦਾਂ ਨੇ ਕੁਐਸਚਨ ਪੈਸੇਜ ਵੱਲ ਦੇ ਜਾਂਦੇ ਆ ਇਹਦੇ ਵਿੱਚ ਗਿਆ ਸਮ ਪਲਾਸਟਿਕਸ ਆਰ ਡਿਰਾਈਵਡ ਫਰਮ ਨੇਚਰਲ ਸੋਰਸਸਸ ਨੇਚਰਲ ਸੋਰਸਸ ਤੋਂ ਡਿਰਾਈਵ ਕੀਤੀਆਂ ਜਾਂਦੀਆਂ ਨੇ ਸਮ ਆਰ ਸੈਮੀ ਸਿੰਥੈਟਿਕ ਜਦੋਂ ਕੈਮੀਕਲ ਰਿਐਕਸ਼ਨ ਕੈਮੀਕਲ ਰਿਐਕਟ ਕੀਤਾ ਜਾਂਦਾ ਹੈ ਤਾਂ ਉਹਨੂੰ ਬਣਦੀਆਂ ਸੈਮੀ ਸਿੰਥੈਟਿਕ ਕਹਿੰਦੇ ਐਂਡ ਸਮ ਆਰ ਐਨਟਾਇਰਲੀ ਸਿੰਥੈਟਿਕ ਪਰ ਕੁਝ ਜਨਮ ਤੋਂ ਹੀ ਮਤਲਬ ਪਹਿਲੇ ਤੋਂ ਹੀ ਐਨਟਾਇਰਲੀ ਸਿੰਥੈਟਿਕ ਆ ਸਾਨੂੰ ਇੱਕ ਵਰਡ ਮਿਲ ਗਿਆ ਐਨਟਾਇਰਲੀ ਪਰ ਜੇ ਅਸੀਂ ਚੰਗੀ ਤਰ੍ਹਾਂ ਅੰਡਰਸਟੈਂਡ ਕਰੀਏ ਇਸ ਪੈਸੇਜ ਨੂੰ ਮਤਲਬ ਸਾਨੂੰ ਸਮਝ ਵੀ ਹੋਣਾ ਚਾਹੀਦਾ ਇੱਥੇ ਮੇਰਾ ਕੋਈ ਟਿੱਪਰ ਨਹੀਂ ਕੰਮ ਕਰੰਦਿਆ ਹੈਗਾ ਇੱਥੇ ਕੀ ਇੱਕ ਵਰਡ ਮੈਨੂੰ ਮਿਲ ਗਿਆ ਐਡਵਰਬ ਤੋਂ ਮਿਲ ਗਿਆ ਐਨਟਾਇਰਲੀ ਉਹ ਮੈਚ ਹੋ ਗਿਆ ਕੁਐਸਚਨ ਦੇ ਵਿੱਚ ਵੀ ਐਨਟਾਇਰਲੀ ਹੈਗਾ ਸੀ ਇੱਥੇ ਵੀ ਐਨਟਾਇਰਲੀ ਹੈਗਾ ਇਹ ਮੈਚ ਹੋ ਗਿਆ ਸੋ ਮੈਂ ਇੱਥੇ ਥੋੜਾ ਜਿਆਦਾ ਰੁਕ ਗਈ ਤੇ ਮੈਂ ਫਿਰ ਇਸ ਨੂੰ ਅੰਡਰਸਟੈਂਡ ਕੀਤਾ ਤੇ ਮੈਨੂੰ ਮਿਲਿਆ ਕਿ ਹਾਂ ਜਨਮ ਤੋਂ ਹੀ ਜੋ ਪਹਿਲੇ ਤੋਂ ਹੀ ਉਹ ਕੀ ਹੈ ਸਿੰਥੈਟਿਕ ਹੈ ਜੋ ਮੈਨੂੰ ਮਿਲ ਗਿਆ ਆਨਸਰ ਚੋਮ ਹੋ ਨਿਆ ਨੈਕਸਟ ਕੁਐਸਚਨ ਵੱਲ ਕੀ ਹੈ ਕਹਿੰਦਾ देयर आर ਵਰ ਸੈਵਰਲ ਰੀਜਨਸ ਫॉर द ਰਿਸਰਚ ਇਨਟੂ ਪਲਾਸਟਿਕਸ ਇਨ ਦਾ 19th ਸੈਂਚਰੀ ਮੈਂ ਇੱਥੇ ਧਿਆਨ ਦਿੱਤਾ ਕਿ ਇੱਥੇ ਕੀ ਲਿਖਿਆ ਹੋਇਆ 19th ਸੈਂਚਰੀ ਪੈਸੇਜ ਵਿੱਚ ਵੀ ਮੈਨੂੰ 19th ਸੈਂਚਰੀ ਤੱਕ ਆਉਣਾ ਪਏਗਾ ਅਮੰਗ ਥੈਮ ਦਾ ਗ੍ਰੇਟ ਐਡਵਾਂਸਸ ਐਡਵਾਂਸਸ ਗ੍ਰੇਟ ਐਡਵਾਂਸਸ ਥੈਟ ਹੈਡ ਬੀਨ ਮੇਡ ਇਨ ਦਾ ਫੀਲਡ ਆਫ ਡੈਸ਼ ਐਂਡ ਦਾ ਸਰਚ ਆਫ ਦਾ ਅਲਟਰਨਟਿਵਸ ਟੂ ਨੇਚਰਲ ਸਰਸਸ ਲਾਈਕ ਇਵੋਰੀ ਲਾਈਕ ਇਵੋਰੀ 19th ਸੈਂਚਰੀ ਪੈਸੇਜ ਵਲ ਚੱਲਨੇ ਆ। ਉਹ ਕਹਿੰਦਾ ਹਿਸਟਰੀ ਆਫ టుਡੇ ਪਲਾਸਟਿਕ ਬਿਕਿਨਸ ਵਿਦ ਅ ਸੈਮੀ ਸਿੰਥੈਟਿਕ ਮਿਡ ਆਫ 19th ਸੈਂਚਰੀ। ਮੈਨੂੰ 3rd ਪੈਸੇਜ ਦੀ ਸੈਕੰਡ ਲਾਈਨ ਚ ਮੈਨੂੰ ਮਿਲ ਚੁੱਕਾ ਆ। ਮਿਡ ਇਨ ਦਾ ਮਿਡ 19th ਸੈਂਚਰੀ। ਕੁਐਸਚਨ ਵਿੱਚ ਕੀ ਸੀਗਾ 19th ਸੈਂਚਰੀ ਤੇ ਇਹ ਕਿਹਾ 19th ਸੈਂਚਰੀ ਦਾ ਮਿਡ। ਦਾ ਇੰਪੈਕਟ ਅੰਡਰ ਦਾ ਡਿਵੈਲਪਮੈਂਟ ਆਫ ðiਜ਼ अर्ਲੀ ਪਲਾਸਟਿਕ ਵਾਸ ਜਨਰੇਟਡ ਬਾਇ and technology okay ek bar phir to question read yeah, mangdem the great advances that had been made in the field of made in the field of dash and the search of alternatives of natural resources like ivory in the field of see passage wala aa chuke hain pardey ang the impacts behind the development of these early plastics uh, was generated by a number of factors ਮੇਡ ਜਨਰੇਟਡ ਓਕੇ ਇਮੈਂਸ ਟੈਕਨੋਲੋਜੀਕਲੀ ਪ੍ਰੋਗਰੈਸ ਇਨ ਦਾ ਡੋਮੇਨ ਆਫ ਕੈਮਿਸਟਰੀ ਓਕੇ ਇਨ ਦਾ ਫੀਲਡ ਯਾਨੀ ਕਿ ਇਨ ਦਾ ਡੋਮੇਨ ਇਨ ਦਾ ਫੀਲਡ ਮੀਨਸ ਇਨ ਦਾ ਡੋਮੇਨ ਆਫ ਕੈਮਿਸਟਰੀ ਸੋ आवर ਆਨਸਰ ਇਜ਼ ਕੈਮਿਸਟਰੀ ਅਗੇ ਪੜ੍ਹਦੇ ਕਿ ਅਸੀਂ ਪੜ੍ਹਿਆ ਸੀ ਲਾਈਕ ਕ ਆਈ ਵਾਰੀ ਕਹਿੰਦਾ ਕਪਲਡ ਵਿਦ ਵਾਈਡਰ ਕਲਚਰਲ ਚੇਂਜਸ ਐਂਡ ਪ੍ਰੈਗਮੈਟਿਕ ਪ੍ਰੈਗਮੈਟਿਕ ਨੀਡ ਆਫ ਫਾਈਂਡ ਐਕਸਟਰਨਲ ਰਿਜ਼ਲਟ ਸੱਚ ਐਸ ਸਚ ਐਸ ਯਾਨੀ ਕਿ ਲਾਈਕ ਇਹ ਵਾਰੀ ਯਾਨੀ ਕਿ ਸਾਡਾ ਮੇਨ ਆਨਸਰ ਕਿਥੋਂ ਸਾਨੂੰ ਮੈਨੂੰ ਲੱਭਾ ਇਨ ਦਾ ਡੋਮੇਨ ਮੇਰੀ ਸਮਝ ਵਿੱਚ ਹੁੰਦਾ ਕਿ ਜੋ ਇਨ ਦਾ ਡੋਮੇਨ ਉਹੀ ਹੈਗਾ ਆ ਇਨ ਦਾ ਫੀਲਡ ਜੋ ਪੈਸੇਜ ਵਿੱਚ ਡੋਮੇਨ ਹੈ ਇਨ ਦਾ ਡੋਮੇਨ ਆਫ ਕੈਮਿਸਟਰੀ ਐਂਡ ਕੁਐਸਚਨ ਵਿੱਚ ਕੀ ਆ ਇਨ ਦਾ ਫੀਲਡ ਆਫ ਕੈਮਿਸਟਰੀ ਇਨ ਦਾ ਡੋਮੇਨ ਆਫ ਕੈਮਿਸਟਰੀ ਇਨ ਦਾ ਡੋਮੇਨ ਆਫ ਕੈਮਿਸਟਰੀ ਸੋ ਮੈਂ ਇਹ ਆਬਜ਼ਰਵ ਕੀਤਾ ਹੈ ਕਿ ਮੈਨੂੰ ਰੀਡਿੰਗ ਦਾ ਪੈਸੇਜ ਪਹਿਲਾਂ ਕੁਐਸਚਨ ਨੂੰ ਚੰਗੀ ਤਰ੍ਹਾਂ ਰੀਡ ਆਊਟ ਕਰਨਾ ਪਏਗਾ ਫਿਰ ਮੈਂ ਪੈਸੇਜ ਵੱਲ ਜਾਵਾਂਗੀ ਕੀ ਵਰਡਸ ਚੂਜ਼ ਕਰਨੇ ਆ ਸਿਰਫ ਕੀ ਵਰਡਸ ਦੇਖਣੇ ਆ ਕੀ ਵਰਡਸ ਕਿਹੜੇ-ਕਿਹੜੇ ਨੇ ਉਸ ਤੋਂ ਬਾਅਦ ਮੈਂ ਪੈਸੇਜ ਵੱਲ ਜਾਵਾਂਗੀ ਪੈਸੇਜ ਦੇ ਵਿੱਚ ਮੈਂ ਆਨਸਰ ਦੇਖਾਂਗੀ ਮਤਲਬ ਸਿਨੋਨਿਮਸ ਮੈਨੂੰ ਆਉਣੇ ਚਾਹੀਦੇ ਆ ਮੈਨੂੰ ਐਡਜੈਕਟਿਵਸ ਹੋਣੇ ਚਾਹੀਦੇ ਆ ਮੈਨੂੰ ਐਡਵਰਬਸ ਦੀ ਇੰਪੋਰਟੈਂਸ ਪਤਾ ਹੋਣਾ ਚਾਹੀਦੇ ਆ ਤਾਂ ਇਸ ਤਰ੍ਹਾਂ ਮੈਂ ਸੋਲਵ ਕਰ ਸਕਦੀ ਆ ਰੀਡਿੰਗ ਓਕੇ ਨੈਕਸਟ ਕੁਐਸਚਨਸ ਅਸੀਂ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਆ ਜੋ ਕੁਐਸਚਨ ਦਾ ਪ੍ਰੋਡਕਸ਼ਨ ਆਫ ਬੈਕਲਾਈਟ ਮਤਲਬ ਪ੍ਰੋਡਕਸ਼ਨ ਕਿੱਦਾਂ ਹੁੰਦਾ ਹੈ ਬੈਕਲਾਈਟ ਦਾ ਇਸ ਦਾ ਆਨਸਰ ਵੀ ਅਸੀਂ ਵਨ ਵਰਡ ਓਨਲੀ ਮਤਲਬ ਵਨ ਵਰਡ ਵਿੱਚ ਹੀ ਅਸੀਂ ਆਨਸਰ ਦੇਣਾ ਹੈ ਚਲੋ ਅਸੀਂ ਇੱਥੇ ਦੇਖਿਆ ਫਿਨੋ ਫਿਨੋਲ ਫਾਰਮਲਡੀਹਾਈਡ ਇਹਨਾਂ ਦਾ ਕੰਬਾਈਨ ਅੰਡਰ ਵੈਕਿਊਮ ਸਟੇਜ 1 ਰੇਜ਼ ਇਨ ਕੋਲਡ ਸਟੇਜ 1 ਰੇਜ਼ ਇਨ ਕੋਲਡ ਮੂਵ ਕਰਦੇ ਆ ਪੈਸੇਜ ਵੱਲ ਇਹ ਸਾਨੂੰ ਇਸ ਪੈਸੇਜ ਵਿੱਚ ਮਿਲੇਗਾ ਆਨਸਰ ਜੋ ਦਾ origignal painted ਤੋਂ ਸਟਾਰਟ ਹੁੰਦਾ ਹੈ ਇਦੇ ਵਿੱਚ ਕੀ ਹੈ ਆ 3 ਸਟੇਜ ਪ੍ਰੋਸੈਸ ਇਨ ਵਿੱਚ ਫੀਨੋਲ ਫਾਰਮਲਡੀਹਾਈਡ ਫੀਨੋਲ ਐਂਡ ਫਾਰਮਲਡੀਹਾਈਡਸ ਆਨ ਦੋਨ ਵਰਡ ਮਿਲ ਚੁਕੇ ਨੇ ਵਾਰ ਇਨੀਸ਼ੀਅਲੀ ਕੰਬਾਈਨਡ ਅੰਡਰ ਵੈਕਿਊਮ ਇਨਸਾਈਡ ਇਹ ਵੀ ਸਾਨੂੰ ਮਿਲ ਚੁਕਿਆ ਹੈ ਕਿ ਇਹਨਾਂ ਨੂੰ ਅਸੀਂ ਵੈਕਿਊਮ ਇਨਸਾਈਡ ਚੋ ਵੀ ਕੰਬਾਈਨ ਕਰਦੇ ਆ ਲਾਰਜ ਐਗ ਸ਼ਿਫਟਡ ਕੈਟਲ ਦ ਰਿਜ਼ਲਟ ਵਾਸ ਦ ਰਿਜ਼ਲਟ ਵਾਸ ਅ ਰੈਜ਼ਿਨ ਨੋਨ ਐਸ ਨੋਵਾਲਕ ਮੀਨਸ ਸਾਨੂੰ ਆਨਸਰ ਮਿਲ ਚੁਕਿਆ ਹੈ ਸੇਮ ਮਿਲ ਚੁਕਿਆ ਹੈ ਇਥੇ ਵੀ ਰੈਜ਼ਿਨ ਨੋਨ ਐ ਐਂਡ ਕੁਐਸਚਨ ਵਿੱਚ ਕੀ ਹੈ one raisin cold means a cold and a non yani ki synonym ਮੈਂ ਆਬਜ਼ਰਵ ਕੀਤਾ ਹੈ ਕਿ ਮੈਨੂੰ ਸਿਨੋਨਮ ਆਉਣਾ ਚਾਹੀਦੇ ਨੇ ਓਕੇ 5th ਕੁਐਸਚਨ ਤੱਕ ਮਤਲਬ ਕਿਵੇਂ ਦਾ ਆ ਕਹਿੰਦਾ ਕੋਲ ਅਨਟਿਲ ਹਾਰਡਨਡ ਬ੍ਰੇਕ ਅਪ ਐਂਡ ਗ੍ਰਾਈਂਡਿੰਗ ਇਨ ਟੂ ਪਾਊਡਰ ਐਗਜ਼ਾਮਪਲ ਕੋਟਨ ਐਸਬਸਟਸ ਓਕੇ ਇਥੇ ਮੇਰਾ ਕਾਮਨ ਸੈਂਸ ਆਈਕਿਊ ਆ ਕਿਥੇ ਐਗਜ਼ਾਮਪਲ ਦਿੱਤੀ ਹੋਈ ਆ ਤਾਂ ਮੈਂ ਵੀ पैसेज उ ही पहुँचा जित सच एज होएगा जगजांपल होएगा फॉर इंसटांस होएगा कुछ इमें का वर्ड होनेज पढ़ते हाँ विच बिकेम सोलबल हार्डन मिल चुका है ब्रोकन अप एंड ग्रामड इंडू पाउडर अदर सबस्ट वर दैन इंट्रोड्यूसड इनकलूडिंग फिलरस सच एस वुड फ्लोर एसपेस्ट कोटन ओके दो वर्ड सर सच एस ਜੋ ਐਗਜ਼ੈਂਪਲ ਦਿੱਤਾ ਹੈ ਉਥੇ ਕੀ ਸੀਗਾ ਐਗਜ਼ੈਂਪਲ ਇਥੇ ਕੀ ਐਸ ਸਚ ਐਸ ਜਾਨੀ ਕਿ ਸਿਨੋਨਮ ਐਗਜ਼ੈਂਪਲ ਹੈ ਇਥੇ ਉਹੀ ਵਰਡ ਆਏਗਾ ਜਿੱਥੇ ਸਚ ਐਸ ਹੈ ਜਾਂ ਫਿਰ ਐਗਜ਼ੈਂਪਲ ਹੈ ਜਾਂ ਫੋਰ ਇਨਸਟੈਂਸ ਹੈ ਠੀਕ ਹੈ ਉਦੇ ਕੋਲ ਹੀ ਸਾਡਾ ਆਨਸਰ ਹੋਵੇਗਾ ਕਹਿੰਦਾ ਬ੍ਰੇਕ ਅਪ ਐਂਡ ਗਰਾਇੰਡ ਇਨਟੂ ਪਾਊਡਰ ਪੈਸੇਜ ਵਿੱਚ ਵੀ ਸਾਨੂੰ ਮਿਲ ਗਿਆ ਕਿ ਬ੍ਰੋਕਨ ਅਪ ਐਂਡ ਗਰਾਉਂਡਡ ਇਨਟੂ ਪਾਊਡਰ ਅਦਰ ਸਬਸਟੈਂਸਸ ਵਰ ਦੈਨ ਇੰਟਰੋਡਿਊਸਡ ਇਨਕਲੂਡਿੰਗ ਫਿਲਰਸ ਇੱਕ ਹੋਰ ਮੈਂ ਗੱਲ ਦੱਸਣੀ ਹੈ ਤੇ ਕਮਾਂਾ ਦਿੱਤਾ ਹੋਇਆ ਕਮਾਂਾ ਤੋਂ ਪਹਿਲਾਂ ਸਾਡਾ ਆਨਸਰ ਆ ਓਕੇ ਕਮੇ ਤੋਂ ਪਹਿਲਾਂ ਸਾਡਾ ਇੱਕ ਆਨਸਰ ਆ ਸਚ ਐਸ ਇਹ ਜੋ ਕੁਐਸਚਨਸ ਦੇ ਨਾਲ ਦਿੱਤੇ ਹੋਏਗੇ ਨੇ ਕੀਵਰਡਸ ਐਗਜ਼ੈਂਪਲਸ ਦਿੱਤੀਆਂ ਹੋਈਆਂ ਨੇ ਸਾਡਾ ਆਨਸਰ ਕੀ ਹੈ ਫਿਲਰਸ ਕਾਮਨ ਜੀ ਗੱਲ ਹੈਗੀ ਆ ਕਿ ਜੋ ਸਾਡਾ ਫਰਸਟ ਆਨਸਰ ਸੀਗਾ ਕੈਂਡਲ ਵੈਕਸ ਲਾਈਕ ਕੈਂਡਲ ਵੈਕਸ ਡਾਇਰੈਕਟ ਪਤਾ ਲੱਗ ਜਾਂਦਾ ਹੈ ਇਹੋ ਜੋ ਵਰਡਸ ਦਿੱਤੇ ਹੁੰਦੇ ਨੇ ਲਾਈਕ ਮਤਲਬ ਇੱਕ ਯੂਨੀਕ ਜਿਹਾ ਵਰਡ ਹੋਏਗਾ ਜੋ ਆਨਸਰ ਹੋਏਗਾ ਇਥੇ ਸਾਨੂੰ ਕਮਾ ਤੋਂ ਪਹਿਲਾਂ ਆਨਸਰ ਆ ਠੀਕ ਹੈ ਸੈਕੰਡ ਆਨਸਰ ਸੀਗਾ ਸਿੰਥੈਟਿਕ ਓਕੇ ਇਹ ਵੀ ਕੋਮਾ ਤੋਂ ਪਹਿਲੇ ਦਿੱਤਾ ਹੋਇਆ ਆਨਸਰ ਹੈ ਐਂਡ ਥਰਡ ਆਨਸਰ ਸੀਗਾ ਸਾਡਾ కెమిస్ట్రీ కెమిస్ట్రీ ਕਨਦਰ ਦਾ ਵੀ ਕੋਮਾ ਤੋਂ ਪਹਿਲਾ ਹੀ ਆਨਸਰ ਹੈ ਮੀਨਸ ਬਹੁਤ ਜ਼ਿਆਦਾ ਚਾਂਸਸ ਹੈ ਹੁਜੇ ਹੋ ਸਕਦੇ ਨੇ ਜੋ ਸਾਡੇ ਕੋਮਾ ਤੋਂ ਪਹਿਲਾ ਆਨਸਰ ਨੇ ਓਕੇ 4th ਆਨਸਰ ਸੀਗਾ ਨਵਾਲਿਕ ਇਹਦੇ ਵੀ ਮਗਰ ਵੀ ਕੋਮਾ ਹੀ ਦਿੱਤਾ ਹੋਇਆ ਹੈ ਓ ਮਾਈ ਗਾਡ ਇਹ 5th ਆਨਸਰ ਹੈ ਫillers ਫਿਲਰਸ ਤੋਂ ਬਾਅਦ ਵੀ ਕੋਮਾ ਦਿੱਤਾ ਹੋਇਆ ਹੈ ਬਟ ਇਹ ਹੀ ਨਹੀਂ ਵੇਖਣਾ ਕਿ ਜਿੱਥੇ ਕੋਮੇ ਦਿੱਤੇ ਆ ਉਹ ਤੋਂ ਪਹਿਲਾਂ ਉਹਦਾ ਉਹੀ ਆਨਸਰ ਹੋਏਗਾ ਸਾਨੂੰ ਪੜ੍ਹਨਾ ਵੀ ਪਵੇਗਾ ਥੋੜਾ ਬਹੁਤ ਸਾਨੂੰ ਰੀਡ ਆਊਟ ਕਰਨਾ ਪਵੇਗਾ ਅੰਡਰਸਟੈਂਡ ਕਰਨਾ ਪਵੇਗਾ ਸਾਡੀ ਰੀਡਿੰਗ ਵਿੱਚ ਪਕੜ ਜ਼ਿਆਦਾ ਹੋਣੀ ਚਾਹੀਦੀ ਹੈ ਟਿਪਸ ਤਾਂ ਬਾਹਰ ਦੀਆਂ ਗੱਲਾਂ ਨੇ ਜਿਹੜੇ ਟਿਪਸ ਟ੍ਰਿਕਸ ਨੇ ਹੁੰਦੇ ਨੇ ਉਹ ਬਾਹਰ ਦੀਆਂ ਗੱਲਾਂ ਨੇ ਪਰ ਸਭ ਤੋਂ ਪਹਿਲਾਂ ਸਾਨੂੰ ਰੀਡਿੰਗ ਰੀਡਿੰਗ ਵਿੱਚ ਸਾਡੀ ਜੋ ਅੰਡਰਸਟੈਂਡਿੰਗ ਆ ਸਟਰੋਂਗ ਹੀ ਹੋਣੀ ਚਾਹੀਦੀ ਆ ਸਾਨੂੰ ਸਿਨਰਮਸ ਐਂਡਰਮਸ ਵਗੈਰਾ ਸਾਨੂੰ ਸਾਰਾ ਕੁਝ ਆਉਣਾ ਚਾਹੀਦਾ ਹੈ ਗ੍ਰਾਮਰ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦੀ ਹੈਗੀ ਆ ਰੀਡਿੰਗ ਦੇ ਪਿੱਛੇ ਹਾਂ ਟਾਸਕ ਦੇ ਪਿੱਛੇ ਰੀਡਿੰਗ ਗ੍ਰਾਮਰ ਦਾ ਹੀ ਹੱਥ ਆ ਹੁਣ ਦੇਖੋ ਪੀ 6th ਆਨਸਰ ਵੀ ਇਹ ਹੈਕਸਾ ਹੈ ਬਟ ਇਹ ਕਮਨ ਨਾਲ ਦਿੱਤਾ ਹੋਇਆ ਹੈ ਮੀਨਸ ਬੜੇ ਹੀ ਆਰਾਮ ਨਾਲ ਸੀ ਆਨਸਰਸ ਫਾਈਂਡ ਕਰ ਲੈਣੇ ਆ ਸ਼ਾਂਤ ਰੱਖਣਾ ਚਾਹੀਦਾ ਦਿਮਾਗ ਆਪਣਾ ਕੰਮ ਹੋਣਾ ਚਾਹੀਦਾ ਆ ਕਮ ਅਗਰ ਦਿਮਾਗ ਹੈਗਾ ਸ਼ਾਂਤ ਦਿਮਾਗ ਹੈਗਾ ਸਹੀ ਆਨਸਰਸ ਬੜੇ ਆਰਾਮ ਨਾਲ ਲੱਭ ਸਕਦੇ ਆ ਟਿਪਸ ਟ੍ਰਿਕਸ ਨੂੰ ਬਾਅਦ ਚ ਫੋਲੋ ਕਰੋ ਮੇਰਾ ਮੈਸੇਜ ਇਹ ਹੈ ਹਰ ਇੱਕ ਕਿਸੇ ਨੂੰ ਕਿ ਤੁਸੀਂ ਰੀਡਿੰਗ ਹਰ ਰੋਜ਼ ਪੈਸੇਜਸ ਰੀਡ ਕਰੋ ਲਿਟਰੇਚਰ ਰੀਡ ਕਰੋ ਸੋ ਥੈਟ ਤੁਹਾਨੂੰ ਰੀਡ ਕਰਨਾ ਅਤੇ ਉਸ ਦੀ ਨਾਲ ਦੀ ਨਾਲ ਅੰਡਰਸਟੈਂਡਿੰਗ ਹੁੰਦੀ ਜਾਵੇ ਕਿ ਤੁਸੀਂ ਰੀਡ ਕੀ ਕਰਦੇ ਪਏ ਹੋ ਠੀਕ ਹੈ ਅਨਦਰ ਸੁਜੈਸ਼ਨ ਮੇਰਾ ਇਹ ਹੈ ਕਿ ਕਦੀ ਵੀ ਟਿਪਸ ਟ੍ਰਿਕਸ ਤੋਂ ਚਲੋ ਕੰਮ ਕਰਦੀਆਂ ਹੋਣਗੀਆਂ ਪਰ ਮੈਂ ਤਾਂ ਇਹੀ ਆਬਜ਼ਰਵ ਕੀਤਾ ਆ ਕਿ ਮਨੂ ਸਿਨੋਨਿਮਸ ਤੋਂ ਆਉਣੇ ਚਾਹੀਦੇ ਨੇ ਮੇਰੀ ਰੇਂਜ ਆਫ ਵੋਕੈਬਲਰੀ ਬਹੁਤ ਜ਼ਿਆਦਾ ਵਧੀਆ ਹੋਣੀ ਚਾਹੀਦੀ ਹੈ ਸੋ ਥੈਟ ਮੈਂ ਆਰਾਮ ਦੇ ਨਾਲ ਆਨਸਰਸ ਲੱਭ ਸਕਾਂ ਹੈਵ ਅ ਨਾਈਸ ਲਾਈਫ ਅਹੈਡ